ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਹੋ ਬਿਖਮ ਨਦੀ ਜਾਏ ਤਰਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸਲੋਕ ਮਹੱਲਾ ਦੂਜਾ ਅੰਧੇ ਕੈ ਰਾਹ ਦੱਸਿਐ ਅੰਧਾ ਹੋਏ ਸੁਜਾਈ ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ ਅੰਧੇ ਇਹ ਨ ਆਖੀਅਨ ਜਿਨ ਮੁਖ ਲੋਇਣ ਨਾਹੀਂ ਅੰਧੇ ਸੇਈ ਨਾਨਕਾ ਖਸਮ ਹੋ ਘੁੱਥੇ ਜਾਹੇ ਮਹੱਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ ਜਿਹਾ ਜਾਣੈ ਤੇ ਹੋ ਵਰਤੈ ਜੇ ਸੌ ਆਖੈ ਕੋਈ ਜਿੱਥੈ ਸੋ ਵਸਤ ਨ ਜਾਪਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉਂ ਲਏ ਸਕੇ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਐ
ਜੇ ਹੁਕਮੋ ਅੰਧਾ ਹੋਏ ਨਾਨਕ ਹੁਕਮ ਨਾ ਬੁੱਝੇ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸ਼ਬਦ ਸੰਤਰ ਦੇਸਾ ਆਪੇ ਤਾੜੀ ਲਾਈਨ ਸਭ ਮੇ ਪਰਵੇਸ਼ਾ ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰੱਖੇ ਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀ ਏਸਾ ਸਭ ਕੇ ਸੱਚੋ ਸੱਚ ਹੈ ਗੁਰਸੋਜੀ ਪਾਈ ਸਭ ਕੇ ਸੱਚੋ ਸੱਚ ਹੈ ਗੁਰਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਸਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਇਹ ਸੁਪਾਕ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਰਾਮਕਲੀ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਉਚਾਰੀ ਹੋਈ ਪਾਵਨ ਵਾਰ, ਇਸ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਅੱਜ ਆਪਾਂ ਹੁਣ ਇਸ ਵਾਰ ਦੀ 16ਵੀਂ ਪੌੜੀ ਦੇ ਨਾਲ ਸਲੋਕਾਂ ਦਾ ਪਾਠ ਸਰਵਣ ਕੀਤਾ। ਪੌੜੀ ਗੁਰੂ ਅਮਰਦਾਸ ਪਾਤਸ਼ਾਹ ਦੀ ਉਚਾਰੀ ਹੋਈ ਹੈ, ਤਿੰਨੇ ਹੀ ਸਲੋਕ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਉਚਾਰੇ ਹੋਏ ਹਨ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਕਿ ਜੇ ਅੰਧਾ ਇਨਸਾਨ ਰਤਨਾਂ ਨੂੰ ਪਰਖਣ ਚਲੇ ਜਾਵੇ ਤਾਂ ਜਦ ਦਿਸਦਾ ਹੀ ਨਹੀਂ, ਉਸਨੂੰ ਪਤਾ ਹੀ ਕੁਛ ਨਹੀਂ ਹੈ, ਫਿਰ ਉਹ ਰਤਨਾਂ ਦੀ ਸਾਰ ਨਹੀਂ ਜਾਣ ਸਕਦਾ। ਉਹਨੂੰ ਕੀ ਪਤਾ ਹੈ ਕਿ ਰਤਨ ਕੀ ਹਨ, ਵੇਖੇ ਹੀ ਨਹੀਂ ਉਹਨੇ। ਉਹ ਸਗੋਂ ਜੇ ਯਤਨ ਕਰਦਾ ਵੀ ਹੈ ਤਾਂ ਐਵੇਂ ਬਦਨਾਮ ਹੀ ਹੁੰਦਾ ਹੈ। ਉੱਥੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਅਕਾਲ ਪੁਰਖ ਦੇ ਦਰ ਤੋਂ ਤੁਰਕੀ ਬਾਣੀ ਦੇ ਰੂਪ ਦੇ ਵਿੱਚ ਜੋ ਰਤਨ ਜਵਾਹਰਾਤਾਂ ਦੀ ਇਹ ਗੁਥਲੀ ਮਿਲੀ ਉਹਨਾਂ ਨੂੰ, ਉਹ ਉਹਨਾਂ ਨੇ ਇੱਥੇ ਸੰਗਤ ਵਿੱਚ ਲਿਆ ਕੇ ਰੱਖ ਦਿੱਤੀ ਹੈ। ਜਿਨ੍ਹਾਂ ਦਾ ਪਿਆਰ ਹੈ ਗੁਰੂ ਦੇ ਨਾਲ, ਉਹ ਇਸ ਥੈਲੀ ਦੇ ਵਿੱਚੋਂ ਗੁਰੂ ਦੀ ਕਿਰਪਾ ਦੇ ਨਾਲ ਕੁਛ ਨਾ ਕੁਛ ਲੈ ਜਾਂਦੇ ਹਨ। ਉਹ ਇਹਨਾਂ ਰਤਨਾਂ ਦੀ ਜਵਾਹਰਾਤਾਂ ਦੀ ਸਾਰ ਵੀ ਜਾਣਦੇ ਹਨ, ਇਸ ਦੀ ਵਡਿਆਈ ਦਾ ਉਹਨਾਂ ਨੂੰ ਪਤਾ ਹੈ, ਸੰਭਾਲ ਕੇ ਰੱਖਦੇ ਹਨ। ਜਿਨ੍ਹਾਂ ਨੂੰ ਪਤਾ ਕੁਛ ਨਹੀਂ ਹੈ ਉਹਨਾਂ ਵਾਸਤੇ ਇਹ ਕੁਛ ਵੀ ਨਹੀਂ ਹੈ, ਇੱਕ ਗ੍ਰੰਥ ਹੈ, ਇਹ ਗੱਲਾਂ ਲਿਖੀਆਂ ਹੋਈਆਂ ਹਨ, ਉਹ ਇਹਨਾਂ ਦੀ ਕਦਰ ਨਹੀਂ ਜਾਣਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਕਿ ਪਿਆਰੇ ਤੁਹਾਨੂੰ ਜੋ ਇਹ ਸਰੀਰ ਮਿਲਿਆ ਹੈ,
ਇਸ ਦੇ ਵਿੱਚ ਹੀ ਵਾਹਿਗੁਰੂ ਹੈ। ਇਹ ਸਰੀਰ ਤੁਹਾਨੂੰ ਕਿਲ੍ਹੇ ਦਾ ਰੂਪ ਬਣਾ ਕੇ ਦੇ ਦਿੱਤਾ ਹੈ, ਬਹੁਤ ਸੁੰਦਰ ਕਿਲ੍ਹਾ ਬਣਾਇਆ ਹੈ ਵਾਹਿਗੁਰੂ ਪਰਮੇਸ਼ਰ ਨੇ। ਇਸ ਕਿਲ੍ਹੇ ਦੇ ਅੰਦਰ ਹੀ ਉਸ ਵਾਹਿਗੁਰੂ ਨੇ ਆਪਣਾ ਇੱਕ ਘਰ ਬਣਾਇਆ ਹੈ, ਮਹਿਲ ਬਣਾਇਆ ਹੋਇਆ ਹੈ, ਜਿਸ ਵਿੱਚ ਉਹ ਬੈਠਾ ਹੋਇਆ ਹੈ। ਇਸ ਕਿਲ੍ਹੇ ਦੇ 9 ਦਰਵਾਜ਼ੇ ਬਾਹਰ ਲਾਏ ਹੋਏ ਹਨ, ਜਿਹੜੇ ਬਾਹਰ ਨੂੰ ਖੁੱਲ੍ਹਦੇ ਹਨ, ਕੱਲ੍ਹ ਸੁਣਿਆ ਸੀ ਆਪਾਂ, ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਕੀਤਾ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਇਹ ਸਰੀਰ ਰੂਪੀ ਗੁਫਾ ਦੇ ਅੰਦਰ ਇੱਕ ਹੋਰ ਗੁਫਾ ਹੈ, ਉਸ ਗੁਫਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਬੈਠਾ ਹੋਇਆ ਹੈ। ਜਿਨ੍ਹਾਂ ਦੇ ਅੰਦਰ ਗੁਰੂ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਇਸ ਗੁਫਾ ਨੂੰ ਅੰਦਰੋਂ ਲੱਭਦੇ ਹਨ। ਜਿਨ੍ਹਾਂ ਨੂੰ ਲੱਭ ਜਾਂਦੀ ਹੈ, ਉਹ ਇਸ ਗੁਫਾ ਦੇ ਅੰਦਰ ਵੜ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਦੇ ਹਨ। ਇਹ ਖੇਡ ਵਾਹਿਗੁਰੂ ਨੇ ਬਣਾਈ ਹੈ। ਬੰਦੇ ਦੇ ਅੰਦਰ, ਹਰ ਇਨਸਾਨ ਦੇ ਅੰਦਰ ਵਾਹਿਗੁਰੂ ਨੇ ਅੰਮ੍ਰਿਤਦਾਇਕ ਚਸ਼ਮਾ ਲਾਇਆ ਹੋਇਆ ਹੈ, ਆਤਮਿਕ ਰਸ ਦਾ ਚਸ਼ਮਾ ਲਾਇਆ ਹੋਇਆ ਹੈ। ਖੂਹ ਹੈ ਅੰਮ੍ਰਿਤ ਦਾ ਭਰਿਆ ਹੋਇਆ, ਹਰ ਇੱਕ ਦੇ ਅੰਦਰ ਹੀ ਹੈ। ਜਿੰਨਾ ਜੀ ਚਾਹੇ ਇਸ ਵਿੱਚੋਂ ਕੱਢ ਕੇ ਇਸ ਅੰਮ੍ਰਿਤ ਨੂੰ ਪੀ ਵੀ ਜਾਵੇ, ਇਹ ਮੁੱਕਦਾ ਨਹੀਂ ਹੈ। ਜਿੰਨਾ ਮਰਜ਼ੀ ਦੂਜਿਆਂ ਨੂੰ ਵਰਤਾਈ ਜਾਵੇ, ਬਿਲਕੁਲ ਨਹੀਂ ਮੁੱਕਦਾ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹਨਾਂ ਦੀ ਸੁਰਤੀ ਅੰਤਰਮੁਖੀ ਹੋ ਕੇ ਇਸ ਖੂਹ ਤੱਕ ਪਹੁੰਚ ਜਾਂਦੀ ਹੈ। ਉਹ ਫਿਰ ਰਸਨਾ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ, ਜਿਵੇਂ ਹੈਂਡ ਪੰਪ ਦਾ ਹੈਂਡਲ ਮਾਰੀਦਾ ਹੈ, ਪਾਣੀ ਨਿਕਲੀ ਜਾਂਦਾ ਹੈ। ਜਦੋਂ ਹਟ ਜਾਵਾਂਗੇ ਉਦੋਂ ਬੰਦ ਹੋ ਜਾਏਗਾ। ਇਸੇ ਤਰ੍ਹਾਂ ਹੀ ਉਹ ਰਸਨਾ ਦੇ ਨਾਲ ਵਾਹਿਗੁਰੂ ਨਾਮ ਦਾ ਜਾਪ ਜਪ ਕੇ ਇਹ ਹੈਂਡਲ ਮਾਰ ਕੇ ਅੰਮ੍ਰਿਤ ਅੰਦਰੋਂ ਕੱਢਦੇ ਹਨ, ਆਪਣੇ ਅੰਦਰੋਂ ਇਸ ਅੰਮ੍ਰਿਤ ਨੂੰ ਪੀ ਪੀ ਕੇ ਆਪ ਵੀ ਖੀਵੇ ਹੁੰਦੇ ਹਨ, ਆਨੰਦ ਵਿੱਚ ਆਉਂਦੇ ਹਨ, ਬਾਹਰ ਵੀ ਵਰਤਾਉਂਦੇ ਹਨ। ਇੱਕ ਬਹੁਤ ਉੱਚੀ ਅਵਸਥਾ ਹੈ ਜਿਸ ਦੇ ਭਾਗ ਵਾਹਿਗੁਰੂ ਨੇ ਚੰਗੇ ਲਿਖੇ ਹੋਏ ਹਨ, ਉਹ ਇਸ ਅਵਸਥਾ ਵਿੱਚ ਪਹੁੰਚਦਾ ਹੈ। ਜਿਹੜਾ ਪਹੁੰਚ ਜਾਂਦਾ ਹੈ, ਨਾਲ ਮਹਾਰਾਜ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਅੰਦਰ ਬੜੀ ਕਿਸਮ ਦੇ ਵਾਜੇ ਵੱਜਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਜਦੋਂ ਸੁਰਤੀ ਉਹਨਾਂ ਦੇ ਨੇੜੇ ਹੁੰਦੀ ਹੈ ਤਾਂ ਆਨੰਦ ਆਉਂਦਾ ਹੈ, ਫਿਰ ਇਸ ਦਾ ਬਾਹਰ ਆਉਣ ਨੂੰ ਜੀ ਨਹੀਂ ਕਰਦਾ ਹੈ। ਬਹੁਤੇ ਮਹਾਤਮਾ ਜਿਹੜੇ ਹਨ
ਉਹ ਹਮੇਸ਼ਾ ਹੀ ਅੰਤਰਮੁਖੀ ਰਹਿੰਦੇ ਹਨ, ਅੰਦਰੋਂ ਇਹਨਾਂ ਸ਼ਬਦਾਂ ਦਾ ਆਨੰਦ ਮਾਣਦੇ ਰਹਿੰਦੇ ਹਨ, ਰਸ ਮਾਣਦੇ ਰਹਿੰਦੇ ਹਨ। ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹ ਇਹਨਾਂ ਨੌਂ ਦਰਵਾਜ਼ਿਆਂ ਥਾਰੀ ਬਾਹਰ ਜਿਹੜਾ ਹੈ ਬਾਹਰਲੇ ਵਿਸ਼ਿਆਂ ਦਾ ਰਸ ਭੋਗਦੇ ਰਹਿੰਦੇ ਹਨ। ਇਹ ਉਪਦੇਸ਼ ਆਪਾਂ ਕੱਲ੍ਹ ਸਰਵਣ ਕੀਤਾ ਸੀ, ਅੱਜ ਰਹਿਮਤ ਕਰ ਰਹੇ ਹਨ ਗੁਰੂ ਅੰਗਦ ਦੇਵ ਪਾਤਸ਼ਾਹ ਪਹਿਲੇ ਸਲੋਕ ਦੇ ਵਿੱਚ, ਸਲੋਕ ਮਹਲਾ ਦੂਜਾ, ਅੰਧੇ ਕੇ ਰਾਜ ਦੱਸਿਆ ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕਾ ਸਿਉਕਿਉਂ ਉੱਜੜ ਪਾਏ। ਜੇ ਕੋਈ ਅੰਨੇ ਆਦਮੀ ਨੂੰ ਜਾ ਕੇ ਰਾਹ ਪੁੱਛੇ ਕਿ ਮੈਂ ਫਲਾਣੇ ਥਾਂ 'ਤੇ ਜਾਣਾ ਹੈ, ਤਾਂ ਉਹ ਆਪਣੀ ਥਾਂ 'ਤੇ ਨਹੀਂ ਪਹੁੰਚ ਸਕਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਕੀ ਦੱਸੇਗਾ ਕੀ, ਉਹ ਤਾਂ ਟੋਕ ਟੋਕੇ 'ਚ ਪਹੁੰਚਦਾ ਹੈ। ਰੱਬ ਨੇ ਉਹਨਾਂ ਨੂੰ ਅੰਦਰ ਅੱਖਾਂ ਦਿੱਤੀਆਂ ਹੁੰਦੀਆਂ ਹਨ। ਇੱਥੇ ਸੋਲਰ ਦਾ ਇੱਕ ਸੂਰਮਾ ਸਿੰਘ ਸੀ, ਉਹਦੀ ਕੀਰਤਨ ਦੀ ਡਿਊਟੀ ਲੱਗੀ ਹੋਈ, ਸਰਕਾਰ ਵੱਲੋਂ ਲੱਗੀ ਹੋਈ ਸੀ ਮਾਈ ਦੀ ਸਰਾਂ ਦੇ ਵਿੱਚ, ਜਿੱਥੇ ਇੰਟੈਰੋਗੇਸ਼ਨ ਸੈਂਟਰ ਹੈ। ਜੋ ਦਾਸ ਸ਼ਹਿਰ ਦੇ ਵਿੱਚ ਕਥਾ ਕਰਨ ਜਾਂਦਾ ਸੀ, ਦਾਸ ਨੂੰ ਰੋਜ਼ ਮਿਲ ਜਾਂਦਾ ਸੀ ਉਹ, ਅਤੇ ਮੈਂ ਉਸਨੂੰ ਆਪਣੇ ਸਕੂਟਰ 'ਤੇ ਬਾਲ ਲੈਂਦਾ ਸੀ, ਉੱਧਰੋਂ ਆਉਂਦਿਆਂ ਵੀ ਇੱਧਰੋਂ ਆਉਂਦਿਆਂ ਤਕਰੀਬਨ ਮਿਲ ਹੀ ਜਾਂਦਾ ਸੀ। ਇੱਕ ਵਾਰੀ ਦਾਸ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇੱਥੇ ਮੋੜ ਹੈ, ਇੱਥੋਂ ਮੈਂ ਮੋੜ ਮੁੜਨਾ ਹੈ, ਇੱਥੋਂ ਇੰਨੀ ਦੂਰ ਤੁਸੀਂ ਤੁਰ ਕੇ ਚੱਲ ਜਾਂਦੇ ਹੋ ਵਿੱਚੋਂ ਦੀ ਬਾਜ਼ਾਰਾਂ ਦੇ ਲੰਘ ਕੇ, ਜਦੋਂ ਕੋਈ ਸਾਹਮਣੇ ਚੀਜ਼ ਆਉਂਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ। ਕਮਾਲ ਦੀਆਂ ਗੱਲਾਂ ਦੱਸੀਆਂ ਉਸਨੇ। ਕਹਿੰਦੇ ਜਦੋਂ ਮੈਂ ਤੁਰਿਆ ਜਾਂਦਾ ਹਾਂ ਨਾ, ਮੈਂ ਨਿਸ਼ਾਨੀਆਂ ਰੱਖੀਆਂ ਹੋਈਆਂ ਹਨ, ਜਿੱਦਾਂ ਮੈਂ ਫਰਜ਼ ਕਰ ਲਓ ਘਰੋਂ ਤੁਰਿਆ ਹਾਂ ਨਾ, ਤਾਂ ਮੈਨੂੰ ਪਤਾ ਲੱਗ ਜਾਂਦਾ ਇੰਨੇ ਕੁ ਕਦਮ ਮੈਂ ਆ ਜਾਵਾਂ ਅਤੇ ਸੂਲਰ ਵਾਲਾ ਮੋੜ ਜਿਹੜਾ ਹੈ ਇਹ ਸ਼ਹਿਰ ਵੱਲ ਨੂੰ ਮੁੜ ਪੈਂਦਾ। ਫਿਰ ਜਦੋਂ ਅਫਸਰ ਜਿਹੜੀ ਬਣੀ ਹੈ, ਚੌਂਕੀ ਬਣੀ ਹੈ, ਇੱਥੋਂ ਇੱਕ ਇਸ ਪਾਸੇ ਨੂੰ ਸੜਕ ਜਾਂਦੀ ਹੈ, ਗਾਂ ਨੂੰ ਜਾਂਦੀ ਹੈ, ਇਹ ਸਿੱਧਾ ਜਾਂਦਾ ਸੀ, ਇੱਥੇ ਜਾ ਕੇ ਕਿੰਨੀ ਕਾ ਜਿਹਾ ਟੋਆ ਹੈ, ਉੱਥੇ ਜਦੋਂ ਮੇਰਾ ਪੈਰ ਜਾਂਦਾ ਹੈ ਮੈਂ ਸਮਝ ਲੈਣਾ ਕਿ ਹੁਣ ਮੈਂ ਇਸ ਚੌਂਕ ਦੇ ਵਿੱਚ ਆ ਗਿਆ, ਇੱਦਾਂ ਮੈਂ ਟੋ ਟੋ ਕੇ ਉੱਥੇ ਪਹੁੰਚ ਜਾਂਦਾ। ਕਮਾਲ ਹੈ ਨਾ, ਬੜੀ ਕਮਾਲ ਦੀ ਗੱਲ ਹੈ। ਫਿਰ ਕਿੱਥੇ ਦਾ ਕਿੱਥੇ ਪਹੁੰਚਣਾ, ਫਿਰ ਉੱਥੋਂ ਵਾਪਸ ਵੀ ਆ ਜਾਣਾ। ਸੋ ਉਹਨਾਂ ਦੇ ਕੋਲ ਤਾਂ ਬਹੁਤ ਸੁਰਤੀ ਉੱਚੀ ਮਹਾਰਾਜ ਨੇ ਉਹਨਾਂ ਦੀ ਬਣਾਈ ਹੁੰਦੀ ਹੈ, ਪਰ ਇੱਥੇ ਅਗਿਆਨੀਆਂ ਦੀ ਗੱਲ ਕੀਤੀ ਹੈ। ਅਗਿਆਨੀ ਕਿਹੜੇ? ਜਿਨ੍ਹਾਂ ਨੂੰ ਬਿਲਕੁਲ ਹੀ ਗਿਆਨ ਹੀ ਨਹੀਂ ਹੈ। ਹੁਣ ਤੁਸੀਂ ਆਹ ਦਸਵੇਂ ਦੁਆਰ ਦੀਆਂ ਗੱਲਾਂ ਅਗਿਆਨੀ ਲੋਕਾਂ ਦੇ ਕੋਲ ਕਰੋਗੇ, ਅਨਹਦ ਸ਼ਬਦ ਦੀਆਂ ਗੱਲਾਂ ਕਰੋਗੇ, ਤਾਂ ਤੁਹਾਨੂੰ ਮਜ਼ਾਕ ਕਰਨਗੇ, ਕਹਿੰਦੇ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ, ਕਿਹੜਾ ਰੱਬ ਹੈ ਤੇਰੇ ਅੰਦਰ, ਲਿਆ ਦਿਖਾ ਸਾਨੂੰ ਕਿੱਥੇ ਹੈ, ਲੈ ਮੇਰੇ ਅੰਦਰ ਜਿਹੜਾ ਰੱਬ ਹੈ ਉਹ ਮੈਨੂੰ ਦਿਖਾ ਦੇ, ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਨਗੇ। ਇਸ ਕਰਕੇ ਇਹ ਮਹਾਰਾਜ ਨੇ ਕੱਲ੍ਹ ਕਿਹਾ ਸੀ ਕਿ ਰਤਨਾਂ ਦੀ ਜਿਹੜੀ ਤੁਹਾਨੂੰ ਥੈਲੀ ਦਿੱਤੀ ਹੈ ਨਾ, ਇਹ ਜਿਹੜਾ ਗਿਆਨ ਹੈ ਇਹ ਰਤਨ ਹੈ, ਇਸ ਨੂੰ ਕਿਸੇ ਗਾਹਕ ਨੂੰ ਵੇਖ ਕੇ ਉਹਦੇ ਅੱਗੇ ਖੋਲ੍ਹਿਆ ਕਰੋ, ਵੇਖ ਲਿਆ ਕਰੋ ਕਿ ਇਹ ਗੱਲ ਨੂੰ ਸੁਣਨ ਦਾ ਅਧਿਕਾਰੀ ਵੀ ਹੈ ਕਿ ਨਹੀਂ, ਐਵੇਂ ਨਾ ਆਪਣੇ ਗਿਆਨ ਨੂੰ
ਤੁਸੀਂ ਲੋਕਾਂ 'ਚ ਵੰਡਣ ਵਾਸਤੇ ਯਤਨ ਕਰਦੇ ਰਿਹਾ ਕਰੋ, ਇਹਦਾ ਕੋਈ ਮੁੱਲ ਨਹੀਂ ਪਏਗਾ। ਅਗਿਆਨੀ ਲੋਕਾਂ ਨੂੰ ਇਹਦੀ ਕੋਈ ਕਦਰ ਨਹੀਂ ਹੈ। ਸੋ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇ ਸਜਾਖਾ ਭਾਵ ਜੇ ਉਹਦੇ ਅੰਦਰ ਗਿਆਨ ਹੋਵੇ ਫਿਰ ਉਹ ਕਿਰਾਏ ਕਿਉਂ ਪਵੇ। ਬੰਦਾ ਕਿਰਾਏ ਉਹੀ ਪੈਂਦਾ ਹੈ ਜਿਹਦੇ ਅੰਦਰ ਗਿਆਨ ਨਹੀਂ ਹੈ। ਇਹ ਵੀ ਮਹਾਰਾਜ ਨੇ ਦੱਸਤਾ ਕਿ ਅੰਧੇ ਉਹਨਾਂ ਨੂੰ ਆਖੋ ਜਿਨ੍ਹਾਂ ਦੀਆਂ ਅੱਖਾਂ ਰੱਬ ਨੇ ਨਹੀਂ ਦਿੱਤੀਆਂ ਹਨ, ਜਿਨ੍ਹਾਂ ਨੂੰ ਜਨਮ ਤੋਂ ਹੀ ਉਹਨੇ ਦੇਖਣਾ ਜਿਹੜਾ ਹੈ ਨਹੀਂ ਦਿੱਤਾ ਹੋਇਆ। ਅਸਲ ਵਿੱਚ ਅੰਧੇ ਉਹ ਹਨ ਜਿਹੜੇ ਰੱਬ ਵੱਲੋਂ ਘੁਸ ਗਏ ਹਨ, ਜਿਨ੍ਹਾਂ ਨੂੰ ਇਸ ਮਨੁੱਖਾ ਜੀਵਨ ਜਾ ਕੇ ਰੱਬ ਦਾ ਪਤਾ ਹੀ ਨਹੀਂ ਲੱਗਾ, ਉਸ ਦੀ ਵਡਿਆਈ ਦਾ ਪਤਾ ਹੀ ਨਹੀਂ ਲੱਗਾ। ਮਹੱਲਾ ਦੂਜਾ, ਸਾਹਿਬਾਨ ਦਾ ਜੋ ਕੀਆ ਕਰੇ ਸਜਾਖਾ ਹੋਏ। ਜਿਹਨੂੰ ਰੱਬ ਨੇ ਅੰਧਾ ਕੀਤਾ ਹੋਇਆ ਹੈ, ਜੇ ਉਹੀ ਉਸ ਨੂੰ ਸਜਾਖਾ ਬਣਾਵੇ ਤਾਂ ਹੀ ਹੋ ਸਕਦਾ ਹੈ ਨਾ। ਇਹੋ ਜਿਹੀਆਂ ਵੀ ਘਟਨਾਵਾਂ ਵਾਪਰਦੀਆਂ ਹਨ। ਆ ਪਿੱਛੇ ਜੇ ਬੜੀ ਖਬਰ ਆਈ, ਦਰਬਾਰ ਸਾਹਿਬ ਸਵੇਰੇ ਸਵੱਈਏ ਪੜ੍ਹਦੇ ਹਨ ਪ੍ਰਕਾਸ਼ ਦੇ ਵੇਲੇ, ਜਿਹੜੇ ਗੁਰਸਿੱਖ ਹਨ ਸ਼ਹਿਰ ਦੇ, ਉਹਨਾਂ 'ਚ ਇੱਕ ਸੂਰਮਾ ਹੈ, ਉਹ ਰੋਜ਼ ਸਵੱਈਏ ਪੜ੍ਹਨ ਵਾਸਤੇ ਸਵੇਰੇ ਆਉਂਦਾ ਹੈ ਪ੍ਰਕਾਸ਼ ਦੇ ਵੇਲੇ। ਦਾਸ ਨੂੰ ਨਾਂ ਤਾਂ ਵਿਸਰ ਗਿਆ, ਉਹ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਤੇ ਉੱਥੇ ਰਾਗੀ ਹੁੰਦਾ ਸੀ। 60 ਸਾਲ ਪਹਿਲਾਂ ਉਸ ਦੀਆਂ ਅੱਖਾਂ ਦੀ ਜੋਤ ਜਿਹੜੀ ਸੀ ਬੁੱਝ ਗਈ ਸੀ, ਪਰ ਉਹ ਆਉਂਦਾ ਰਿਹਾ, ਨੇਮ ਬਣਾ ਕੇ ਰੱਖਿਆ ਉਸਨੇ। ਇੱਥੇ ਅਕਾਲ ਤਖਤ ਸਾਹਿਬ ਜਦੋਂ ਉਸਦੀ ਡਿਊਟੀ ਖਤਮ ਹੋ ਗਈ ਤਾਂ ਉਹ ਨਾਲ ਹੀ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਥੋੜ੍ਹਾ ਪਿੱਛੇ ਕਰਕੇ, ਜਦੋਂ ਮਹਾਰਾਜ ਬਾਬਾ ਬਕਾਲਾ ਸਾਹਿਬ ਤੋਂ ਗਏ ਸਨ ਤਾਂ ਇੱਥੇ ਪੁਜਾਰੀਆਂ ਨੇ ਅੰਦਰ ਦਰਵਾਜ਼ੇ ਬੰਦ ਕਰ ਲਏ ਸੀ, ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ ਆਉਂਦਾ। ਮਹਾਰਾਜ ਜਿਸ ਥਾਂ 'ਤੇ ਬੈਠੇ ਸਨ ਉਹ ਥੜਾ ਅਤੇ ਉਹ ਦਰਖਤ ਅਜੇ ਹੈ ਉੱਥੇ, ਉੱਥੇ ਇੱਕ ਭੋਰਾ ਬਣਾਇਆ ਹੋਇਆ। ਉਹਨੇ ਦੱਸਿਆ ਕਿ ਮੈਂ ਉੱਥੇ ਕੀਰਤਨ ਕਰਨ ਲੱਗ ਪਿਆ, ਉਸ ਤੋਂ ਬਾਅਦ ਇੱਥੇ ਸਵਈਏ ਜਿਹੜੇ ਪੜ੍ਹਦੇ ਹਨ ਸਿੰਘ ਇਹਨਾਂ ਦੇ ਨਾਲ ਮੈਨੂੰ ਰਲਾ ਦਿੱਤਾ, ਮੈਨੂੰ ਉਹਨਾਂ ਨੇ ਰਲਾ ਲਿਆ ਫਿਰ ਮੈਂ ਇੱਥੇ ਆਉਣਾ ਪਿਆ। ਅਚਨਚੇਤ ਹੀ ਉਸ ਦੀਆਂ ਅੱਖਾਂ ਵਿੱਚ ਲਾਈਟ ਆ ਗਈ ਇੱਕ ਦਿਨ। ਉਹਨੇ ਆਪ ਦੱਸਿਆ, ਦਾਸ ਨੇ ਉਹਦੀ ਇੰਟਰਵਿਊ ਆਪ ਸੁਣੀ ਹੈ, ਕਹਿੰਦਾ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਹੈ, ਹੁਣ ਉਹ ਦੇਖ ਸਕਦਾ ਹੈ। ਦੇਖੋ ਕਮਾਲ ਹੈ ਨਾ, ਜੇ ਸਾਹਿਬ ਸਜਾਖਾ ਕਿਸੇ ਨੂੰ ਕਰਨਾ ਚਾਹੇ ਤਾਂ ਕਰ ਵੀ ਦਿੰਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਧੁਰ ਤੋਂ ਹੀ ਵਾਹਿਗੁਰੂ ਨੇ ਅਗਿਆਨੀ ਬਣਾਇਆ ਹੈ, ਉਹਨਾਂ ਦੇ ਕੀਤੇ ਕਰਮਾਂ ਕਰਕੇ ਮੂਰਖਾਂ ਦਾ ਅਸੰਖ ਮੂਰਖਾਂ ਤਕੋਰ ਉਹਨੇ ਹੀ ਬਣਾਏ ਹਨ, ਨਾ ਗੱਲ ਸੁਣਨੀ ਨਾ ਕਿਸੇ ਦੀ ਮੰਨਣੀ। ਜੇ ਵਾਹਿਗੁਰੂ ਚਾਹੇ ਤਾਂ ਉਹਨਾਂ ਦੇ ਜੀਵਨ ਨੂੰ ਹੀ ਬਦਲ ਸਕਦਾ ਹੈ, ਇਹ ਉਹਦੇ ਹੱਥ 'ਚ ਹੈ। ਜਿਹਾ ਜਾਣੇ ਤਿਹੋ ਵਰਤੇ ਜੇ ਸੋ ਆਖੇ ਕੋਏ, ਪਰ ਜੇ ਵਾਹਿਗੁਰੂ ਪਰਮੇਸ਼ਰ ਦਿਆਲੂ ਨਾ ਹੋਵੇ ਤਾਂ ਫਿਰ ਤਾਂ ਉਹਦੀ ਹਉਮੈ ਜਿਹੜੀ ਹੈ ਨਾ, ਉਸ ਹਉਮੈ ਵਿੱਚ ਸਭ ਕੁਛ ਕਰੀ ਜਾਏਗਾ। ਜੋ ਕਰੇਗਾ ਤਾਂ ਤੁਸੀਂ ਉਹਨੂੰ 100 ਵਾਰੀ ਕਹਿ ਦਿਓ ਤਾਂ ਵੀ ਨਹੀਂ ਉਹ ਤੁਹਾਡੀ ਗੱਲ ਮੰਨੇਗਾ। 100 ਸਿਆਣੇ ਆ ਕੇ ਉਸਨੂੰ ਸਮਝਾਉਣ ਲੱਗ ਪੈਣ, ਉਹ ਨਹੀਂ ਕਿਸੇ ਦੀ ਗੱਲ ਮੰਨੇਗਾ। ਇਹ ਰੱਬ ਵੱਲੋਂ ਅੰਨੇ ਕੀਤੇ ਹੋਏ ਇਨਸਾਨ ਹਨ,
ਅੱਖਾਂ ਤਾਂ ਹਨ ਲੇਕਿਨ ਗਿਆਨ ਨਹੀਂ ਹੈ ਉਹਨਾਂ ਨੂੰ। ਜਿੱਥੇ ਸਭ ਵਸਤਾਂ ਜਾਪ ਹੀ ਆਪੇ ਵਰਤੋ ਜਾਣ, ਜਿੱਥੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ, ਜਿਹੜਾ ਹੁਣ ਗੁਰੂ ਦੇ ਸ਼ਬਦ ਨਾਲ ਜੁੜੇਗਾ ਉਹਦੇ ਅੰਦਰ ਹੀ ਪ੍ਰਕਾਸ਼ ਹੋਏਗਾ ਨਾ। ਜਿਹੜਾ ਕਦੀ ਗੁਰੂ ਦੇ ਸ਼ਬਦ ਕੋ ਆਇਆ ਹੀ ਨਹੀਂ, ਪੜ੍ਹਿਆ ਹੀ ਨਹੀਂ, ਸੁਣਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਉਹਨੂੰ ਕਿਵੇਂ ਪਤਾ ਲੱਗੇਗਾ ਕੀ ਉਪਦੇਸ਼ ਹੈ? ਪ੍ਰਕਾਸ਼ ਦਾ ਮਤਲਬ ਹੈ ਉਪਦੇਸ਼। ਗੁਰੂ ਸ਼ਬਦ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ? ਉਹ ਉਪਦੇਸ਼ ਸਾਡੇ ਅੰਦਰ ਵੱਸ ਜਾਂਦਾ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵੇਖੋ ਇਹ ਜਿਹੜਾ ਅੰਦਰ ਗਿਆਨ ਪੈਦਾ ਹੁੰਦਾ, ਇਹ ਵੀ ਤੀਰਥ ਬਣ ਜਾਂਦਾ ਹੈ, ਸਾਡੇ ਅੰਦਰ ਤੀਰਥ ਬਣ ਜਾਂਦਾ ਹੈ। ਇਸ ਅੰਦਰਲੇ ਗਿਆਨ ਰੂਪੀ ਤੀਰਥ ਦੇ ਉੱਤੇ ਜਦੋਂ ਮਤ ਨਹਾਉਂਦੀ ਹੈ, ਇਹ ਉਜਲੀ ਹੋਈ ਜਾਂਦੀ ਹੈ, ਇਸ ਦੀ ਮੈਲ ਲਈ ਜਾਂਦੀ ਹੈ। ਅਜਿਹੇ ਰੱਬ ਦੇ ਪਿਆਰੇ, ਫਿਰ ਇਹ ਜਿਹੜਾ ਅੰਦਰ ਆਤਮਕ ਗਿਆਨ ਰੂਪੀ ਤੀਰਥ ਪ੍ਰਗਟ ਹੁੰਦਾ ਹੈ ਨਾ, ਇੱਥੇ ਇਸ਼ਨਾਨ ਕਰਦੇ ਉਹਨਾਂ ਬਾਹਰਲੇ ਤੀਰਥਾਂ ਜਾ ਕੇ ਨਹਾਉਣ ਦੀ ਲੋੜ ਨਹੀਂ ਰਹਿ ਜਾਂਦੀ ਹੈ, ਨਿਤ ਇਸ਼ਨਾਨ ਕਰਦੇ ਰਹਿੰਦੇ ਹਨ। ਵਾਹਿਗੁਰੂ ਮਹਾਰਾਜ ਕਹਿੰਦੇ ਜਿਹਦੇ ਅੰਦਰ ਮੈਂ ਹੈ ਉਹ ਫਿਰ ਆਪਣੀ ਮਰਜ਼ੀ ਕਰੀ ਜਾਏਗਾ। ਜਿੱਥੇ ਗੁਰੂ ਸ਼ਬਦ ਦਾ ਪ੍ਰਕਾਸ਼ ਹੀ ਨਹੀਂ ਹੈ ਉੱਥੇ ਤਾਂ ਮੈਂ ਹੈ ਨਾ, ਇਸ ਕਰਕੇ ਉਹ ਆਪਣੀ ਮਰਜ਼ੀ ਕਰੇ, ਜੋ ਮਨ ਚਾਹੁੰਦਾ ਉਹੀ ਕਰੀ ਜਾਂਦਾ। ਨਾਨਕ ਗਾਹਕ ਕਿਉਂ ਲਏ ਸਕਿਨਾ ਵਸਤ ਪਛਾਣ। ਕਹਿੰਦੇ ਜਿਹੜੇ ਗਾਹਕ ਨੂੰ ਵਸਤੂ ਦੀ ਪਛਾਣ ਹੀ ਨਹੀਂ, ਉਹ ਕੀ ਖਰੀਦੇਗਾ? ਤੁਸੀਂ ਕਿਸੇ ਅਜਿਹੇ ਇਨਸਾਨ ਨੂੰ ਬਾਹਰੋਂ ਕੋਈ ਸਬਜ਼ੀ ਲੈਣ ਭੇਜਦੇ ਹੋ, ਜਿੰਨੇ ਕਦੀ ਸਬਜ਼ੀ ਉਹ ਵੇਖੀ ਨਾ ਹੋਵੇ, ਤੁਸੀਂ ਕਹੋ ਵੀ ਆਹ ਸਬਜ਼ੀ, ਉਹ ਕਿਵੇਂ ਪਛਾਣੇਗਾ? ਉੱਥੇ ਜਾ ਕੇ ਜਾਂਦੇ ਜਾਂਦਾ ਰਾਜ ਨਾਮ ਹੀ ਭੁੱਲ ਜਾਏਗਾ ਉਸਨੂੰ। ਇਸ ਕਰਕੇ ਗੁਰੂ ਦੀ ਸੰਗਤ ਕਰਨ ਦਾ ਇਹੀ ਲਾਭ ਹੈ ਕਿ ਗੁਰੂ ਕੋਲ ਆ ਕੇ ਬੈਠਾਂਗੇ, ਗੁਰੂ ਸਾਨੂੰ ਗਿਆਨ ਬਖਸ਼ਦਾ ਹੈ। ਇਹ ਬਾਣੀ ਦੀ ਜਿਹੜੀ ਵਿਚਾਰ ਹੈ ਨਾ, ਇਹ ਇਸੇ ਕਰਕੇ ਹੀ ਗੁਰੂ ਮਹਾਰਾਜ ਦੇ ਵੇਲੇ ਤੋਂ ਹੀ ਇਹ ਕਥਾ ਹੁੰਦੀ ਆਈ ਹੈ। ਆਪ ਵੀ ਮਹਾਰਾਜ ਕਰਦੇ ਸਨ, ਗੁਰੂ ਦੇ ਪਿਆਰੇ ਗੁਰਸਿੱਖ ਵੀ ਕਰਦੇ ਸਨ, ਜਿਨ੍ਹਾਂ 'ਤੇ ਰਹਿਮਤ ਸੀ ਉਸਦੀ। ਇਹਦੇ ਨਾਲ ਗਿਆਨ ਮਿਲਦਾ ਹੈ, ਸ਼ਬਦ ਦੀ ਵਿਚਾਰ। ਵੇਖੋ ਪਾਠ ਕਰਨ ਵਾਲੇ ਬਹੁਤ ਹਨ, ਗਾਉਣ ਵਾਲੇ ਵੀ ਬੜੇ ਹਨ, ਲੇਕਿਨ ਵਿਚਾਰ ਕਰਨ ਵਾਲੇ ਬਹੁਤ ਘੱਟ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਕਰਵਾਸਾ ਹੋਏ। ਬਹੁਤ ਘੱਟ ਹਨ ਜਿਹੜੇ ਬਾਣੀ ਦੀ ਵਿਚਾਰ ਵਿੱਚ ਜੁੜਦੇ ਹਨ, ਜਿਹੜੇ ਜੁੜ ਗਏ ਭਾਵਨਾ ਦੇ ਨਾਲ ਕਿ ਕੁਛ ਪ੍ਰਾਪਤੀ ਕਰਨੀ ਹੈ, ਉਹਨਾਂ ਦਾ ਮਨ ਅੰਦਰ ਹੀ ਟਿਕ ਜਾਂਦਾ ਹੈ, ਬਾਰਮੁਖੀ ਨਹੀਂ। ਫਿਰ ਸਭ ਕੁਛ ਅੰਦਰੋਂ ਹੀ ਉਹ ਪ੍ਰਾਪਤ ਕਰਦੇ ਹਨ, ਆਪਣੇ ਅੰਦਰੋਂ ਹੀ ਆਨੰਦ ਮਾਣਦੇ ਹਨ। ਬਾਹਰਲੇ ਸੁੱਖ ਜਿਹੜੇ ਹਨ ਉਹ ਉਹਨਾਂ ਨੂੰ ਨਿਰਮੂਲ ਜਾਪਦੇ ਹਨ। ਹੁਣ ਜਿਹਨੂੰ ਪਤਾ ਹੀ ਨਹੀਂ ਉਹ ਕਿਵੇਂ ਲਵੇਗਾ? ਜੇ ਆਪਾਂ ਕਹਿ ਦਈਏ ਭਾਈ ਤੂੰ ਥੋੜ੍ਹਾ ਚਿਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰ, ਫਿਰ ਥੋੜ੍ਹਾ ਸਮਾਂ ਟਿਕਿਆ ਕਰ, ਮਨ ਨੂੰ ਟਿਕਾ ਕੇ ਆਪਣੇ ਅੰਦਰ ਆਸਣ ਲਾ, ਆਪਣੇ ਮਨ ਦਾ ਇੱਥੇ ਟਿਕਾ ਕੇ, ਮਨ ਨੂੰ ਟਿਕਾ ਕੇ ਰੱਖ ਥੋੜ੍ਹਾ ਸਮਾਂ, ਲੱਗਾ ਰਹੇਗਾ ਤਾਂ ਤੇਰੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਧੁਨੀ ਹੈ, ਉਸਦੀ ਆਵਾਜ਼ ਜਿਹੜੀ ਹੈ, ਅਨਹਦ ਬਾਣੀ ਜਿਹਨੂੰ ਕਿਹਾ, ਅਨਹਦ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ,
ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੁਗੋ। ਉਹ ਜਿਹੜੀ ਬਾਣੀ ਨੇ ਵਾਹਿਗੁਰੂ ਦੇ ਦਰਸ਼ਨ ਕਰਾਉਣੇ ਹਨ ਉਹ ਤੇਰੇ ਅੰਦਰ ਪ੍ਰਗਟ ਹੋ ਜਾਏਗੀ। ਹੁਣ ਜਿਹੜਾ ਮੱਗੋਂ ਹੀ ਘੁੱਸਿਆ ਹੋਇਆ ਹੈ ਉਹ ਨਹੀਂ ਇੱਧਰ ਲੱਗੇਗਾ। ਮਹਲਾ ਦੂਜਾ, ਸੋ ਕਿਉਂ ਅੰਧਾ ਆਖੀਏ ਜੇ ਹੁਕਮ ਆਉਂਦਾ ਹੋਏ। ਜਿਹੜਾ ਵਾਹਿਗੁਰੂ ਦੇ ਹੁਕਮ ਨਾਲ ਤੁਰ ਤੋਂ ਹੀ ਅੰਧਾ ਹੈ ਉਹਨੂੰ ਅੰਧਾ ਨਹੀਂ ਆਖਿਆ ਜਾਂਦਾ। ਉਹਦੇ ਵਾਸਤੇ ਵੇਖ ਲਓ, ਸੂਰਮਾ ਸਿੰਘ ਉਹਦਾ ਨਾਂ ਇੱਥੇ ਆਪਣੇ ਨਿਹੰਗ ਸਿੰਘ ਸੂਰਮਾ ਸਿੰਘ ਸੁਜਾਖਾ ਸਿੰਘ ਕਹਿੰਦੇ ਹਨ, ਜਿਹੜਾ ਨੇਤਰਹੀਣ ਉਹਨੂੰ ਸੁਜਾਖਾ ਪਾ, ਵਧੀਆ ਅੱਖਾਂ ਹਨ ਉਸ ਦੀਆਂ, ਵਧੀਆ ਵੇਖਦਾ ਹੈ। ਨਾ ਇਹ ਚੜ੍ਹਦੀਆਂ ਕਲਾ ਵਾਲੇ ਨਾਂ ਰੱਖੇ ਹਨ ਖਾਲਸੇ ਨੇ, ਕੋਈ ਉਹਨੂੰ ਅੰਧਾ ਨਹੀਂ ਕਹਿੰਦਾ ਹੈ। ਸੂਰਮਾ ਸਿੰਘ ਇੱਧਰ ਆ, ਸੂਰਮਾ ਸਿੰਘ ਉਹਨੂੰ ਕਹਿੰਦੇ ਹਨ, ਨਾਨਕ ਹੁਕਮ ਨਾ ਬੁੱਝੀ ਅੰਧਾ ਕਹੀਏ ਸੋਏ। ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਬੁੱਝਦਾ ਅਸਲ ਜਾਂਦਾ ਉਹ ਹੈ। ਉਹਦੇ ਕੋਲ ਗਿਆਨ ਦੀਆਂ ਅੱਖਾਂ ਨਹੀਂ ਹਨ। ਦੇਖੋ ਅੱਖਾਂ ਤਾਂ ਸਾਰਿਆਂ ਨੂੰ ਰੱਬ ਨੇ ਦਿੱਤੀਆਂ ਹੋਈਆਂ ਹਨ, ਸਾਰੇ ਵੇਖਦੇ ਹਨ ਇਹਨਾਂ ਅੱਖਾਂ ਦੇ ਨਾਲ। ਜਿੰਨੇ ਸ੍ਰਿਸ਼ਟੀ 'ਚ ਜੀਵ ਹਨ ਸਭ ਨੂੰ ਅੱਖਾਂ ਦਿੱਤੀਆਂ, ਸਾਰੇ ਹੀ ਸ੍ਰਿਸ਼ਟੀ ਦੇ ਜੀਵ ਵੇਖਦੇ ਹਨ। ਪਰ ਜਿਨ੍ਹਾਂ ਦੇ ਨੇਤਰਾਂ ਵਿੱਚ ਗੁਰੂ ਗਿਆਨ ਦਾ ਅੰਜਨ ਪਾ ਦਿੰਦਾ ਹੈ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਜਿਨ੍ਹਾਂ ਦੇ ਨੇਤਰਾਂ ਵਿੱਚ ਗੁਰੂ ਗਿਆਨ ਦਾ ਸੁਰਮਾ ਪਾ ਦਿੰਦਾ ਹੈ ਉਸਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਨੇਤਰ ਇਹੀ ਹਨ, ਉਹ ਫਿਰ ਵੇਖਣ ਲੱਗਿਆਂ ਹਰ ਗੱਲ ਦੀ ਪੜਚੋਲ ਕਰ ਦਿੰਦੇ, ਵਿਵੇਕ ਅੰਦਰ ਪੈਦਾ ਹੁੰਦੀ ਹੈ ਕਿ ਜੋ ਵੇਖ ਰਿਹਾ ਹੈ ਠੀਕ ਹੈ ਜਾਂ ਨਹੀਂ ਹੈ। ਅਜਿਹੀ ਅਵਸਥਾ ਬਣ ਜਾਂਦੀ ਹੈ। ਪੌੜੀ, ਕਾਇਆ ਅੰਦਰ ਕੋਟ ਗੜ ਹੈ ਸਭ ਦਸੰਤਰ ਦੇਸਾ। ਕੱਲ੍ਹ ਕੀ ਦੱਸਿਆ ਹੈ ਮਹਾਰਾਜ ਜੀ ਨੇ ਕਿ ਸਾਡੇ ਅੰਦਰ ਦਸਵਾਂ ਦੁਆਰਾ ਹੈ, ਨੌ ਦਰ ਬਾਹਰ ਹਨ, ਦਸਵਾਂ ਅੰਦਰ ਗੁਪਤ ਹੈ। ਉੱਥੇ ਆਪਣੀ ਸੁਰਤੀ ਨੂੰ ਲੈ ਕੇ ਜਾਣਾ ਹੈ। ਜਦੋਂ ਅੰਤਰਮੁਖੀ ਹੋ ਕੇ ਜਾਪ ਕਰੀਦਾ ਹੈ ਨਾ, ਸੁਰਤੀ ਆਪੇ ਉੱਥੇ ਪਹੁੰਚ ਜਾਂਦੀ ਹੈ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿੱਥੇ ਆ ਦਸਵਾਂ ਦੁਆਰਾ, ਆਪਣੇ ਆਪ ਹੀ ਸੁਰਤੀ ਨੇ, ਜਿਹੜੀ ਸਾਡੀ ਸੁਰਤ ਹੈ ਨਾ, ਇਹਨੂੰ ਆਪੇ ਜਾਗਰਤ ਹੋ ਜਾਂਦੀ, ਉੱਥੇ ਪਹੁੰਚ ਜਾਂਦੀ ਹੈ। ਹੁਣ ਅੱਖਾਂ ਤੋਂ ਥੱਲੇ ਥੱਲੇ, ਅੱਖਾਂ ਦੇ ਸਮੇਤ ਜੋ ਕੋਈ ਥੱਲੇ ਹੈ, ਇਹਨਾਂ ਰਾਹੀਂ ਜਿਹੜੀ ਸਾਡੀ ਸੁਰਤ ਭੱਜਦੀ ਹੈ ਨਾ ਬਾਹਰ, ਇਹ ਸਭ ਕਾਲ ਦੇ ਚੱਕਰ ਦੇ ਵਿੱਚ ਹੈ। ਇਹ ਸਭ ਉਹ ਕੁਛ ਵੇਖਦੀ ਹੈ ਜਿਹਨੇ ਸਾਡੇ ਜੀਵਨ ਨੂੰ ਬਰਬਾਦ ਕਰਨਾ ਹੈ। ਉਹ ਸੁਣਦੀ ਹੈ, ਵੇਖਦੀ ਹੈ, ਬੋਲਦੀ ਹੈ। ਜਦੋਂ ਸੁਰਤੀ ਉੱਥੇ ਪਹੁੰਚ ਜਾਂਦੀ ਹੈ ਫਿਰ ਉਸ ਦੇਸ਼ ਦੀਆਂ ਗੱਲਾਂ ਹੁੰਦੀਆਂ ਹਨ। ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਫਿਰ ਉਸ ਦੇਸ਼ ਵਿੱਚ ਪਹੁੰਚ ਕੇ ਉੱਥੇ ਵਾਹਿਗੁਰੂ ਦੇ ਨਾਲ ਗੱਲਾਂ ਕਰਦੇ ਹਨ, ਜਿਵੇਂ ਆਪਾਂ ਸਾਹਮਣੇ ਬੈਠੇ ਨਾਲ ਗੱਲਾਂ ਕਰਦੇ ਹਾਂ। ਅੱਜ ਮਹਾਰਾਜ ਕਹਿੰਦੇ ਕਿ ਹੇ ਪਿਆਰਿਓ, ਇਸ ਕਾਇਆਂ ਦੇ ਅੰਦਰ ਇੱਕ ਹੋਰ ਗੜ ਜੇ, ਹੋਰ ਕਿਲਾ ਜੇ। ਕਬੀਰ ਜੀ ਨੇ ਕਿਹਾ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਉਹਨਾਂ ਨੇ ਇਹ ਸਰੀਰ ਨੂੰ ਕੋਠੀ ਕਹਿ ਕੇ ਇਸ ਦੇ ਵਿੱਚ ਇੱਕ ਹੋਰ ਕੋਠੀ ਕਹਿਤਾ ਹੈ। ਇੱਥੇ ਮਹਾਰਾਜ ਨੇ ਕਿਲੇ ਦੇ ਅੰਦਰ ਇੱਕ ਹੋਰ ਛੋਟਾ ਕਿਲਾ, ਜਿਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਟਿਕਾਣਾ ਹੈ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਜੇ
ਜਿਸ ਦੇ ਵਿੱਚ ਸਾਰਿਆਂ ਦੇਸ਼ਾਂ ਦੇ ਸੰਤਰਾਂ ਦਾ ਮਾਲਕ ਭਾਵ ਸਰਵਵਿਆਪਕ ਵਾਹਿਗੁਰੂ ਜੋ ਹਰ ਥਾਂ ਹੈ ਉਹ ਇੱਥੇ ਅੰਦਰ ਤੁਹਾਡੇ ਵਸਦਾ ਹੈ। ਆਪੇ ਤਾੜੀ ਲਾਏ ਨਾ ਸਭ ਮੈਂ ਪ੍ਰਵੇਸ਼ ਹੈ ਤਾਂ ਅੰਦਰ ਹੈ ਤੁਹਾਡੇ, ਉਹ ਸਮਾਧੀ ਵਿੱਚ ਹੈ। ਵਾਹਿਗੁਰੂ ਸਮਾਧੀ 'ਚ ਹੈ, ਅਸੀਂ ਨਹੀਂ ਸਮਾਧੀ ਵਿੱਚ ਹਾਂ। ਦੇਖੋ ਸਾਡੇ ਅੰਦਰ ਜਿਹੜਾ ਵਾਹਿਗੁਰੂ ਹੈ ਉਹ ਸਮਾਧੀ ਵਿੱਚ ਹੈ, ਅਸੀਂ ਨਹੀਂ ਸਮਾਧੀ ਵਿੱਚ ਹਾਂ। ਵਾਹਿਗੁਰੂ ਹੈ ਸਾਰਿਆਂ ਦੇ ਅੰਦਰ ਹੀ ਹੈ। ਆਪੇ ਸ੍ਰਿਸ਼ਟ ਸਾਜੀਨ, ਆਪੇ ਗੁਪਤ ਰੱਖੇ ਸਾ। ਸਾਰੀ ਰਚਨਾ ਰਚੀ ਹੈ, ਵੇਖ ਲਓ, ਇੰਨੇ ਇਨਸਾਨ ਇੰਨੇ ਸਰੀਰ ਬਣਾਤੇ ਹਨ, ਫਿਰ ਸਾਰੇ ਅੰਦਰ ਗੁਪਤ ਹੈ, ਦਿਸਦਾ ਨਹੀਂ ਕਿਸੇ ਨੂੰ। ਉਸ ਦਾ ਅਹਿਸਾਸ ਕਰੀਦਾ ਹੈ। ਜਿਹੜੀ ਸਾਡੀ ਸੁਰਤ ਹੈ ਨਾ, ਇਹ ਉਸ ਦਾ ਅਹਿਸਾਸ ਕਰਦੀ ਹੈ। ਦੇਖੋ ਜਿਹੜੀ ਸਾਡੇ ਸਰੀਰ ਨੂੰ ਕੋਈ ਪੀੜਾ ਹੁੰਦੀ ਹੈ ਨਾ, ਇਹ ਸਾਡੀ ਸੁਰਤ ਮਹਿਸੂਸ ਕਰਦੀ ਹੈ। ਮਨ ਕਹਿ ਲਓ, ਮਨ ਦਾ ਸੰਬੰਧ ਸੁਰਤ ਨਾਲ ਹੈ। ਅਤੇ ਜਿਨ੍ਹਾਂ ਦੀ ਸੁਰਤੀ ਵਾਹਿਗੁਰੂ ਦੇ ਦਰ 'ਤੇ ਪਹੁੰਚ ਜਾਵੇ, ਫਿਰ ਉਹਨਾਂ ਦਾ ਬੰਦ ਬੰਦ ਕੱਟਦੇ ਹਾਂ, ਉਹਨਾਂ ਨੂੰ ਦਰਦ ਨਹੀਂ ਹੁੰਦੀ ਹੈ। ਵੇਖ ਲਓ ਤੁਸੀਂ, ਉਹਨਾਂ ਦੀ ਨਾ ਹੁੰਦੀ, ਚਰਖੜੀ 'ਤੇ ਚੜ੍ਹੇ ਹੋਏ ਕਾਲ ਕਾਲ ਕਰੀ ਜਾਂਦੇ ਹਨ, ਉਬਲਦੀ ਦੇਗ ਵਿੱਚ ਬਹਿ ਆਰੇ ਨਾਲ ਚੀਰ ਦਿੰਦੇ ਹਨ। ਸਰੀਰ ਤਾਂ ਸਾਡੇ ਵਰਗੇ ਹਨ ਉਹਨਾਂ ਦੇ, ਉਹ ਸੁਰਤੀ ਅਜਿਹੇ ਥਾਂ 'ਤੇ ਟਿਕ ਜਾਂਦੀ ਹੈ। ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਲਾ ਵਾਲਿਆਂ ਦੇ ਜੀਵਨ 'ਚ ਦਾਸ ਨੇ ਗੱਲ ਪੜ੍ਹੀ ਸੀ। ਉਹਨਾਂ ਦੀ ਲੱਤ ਦੇ ਵਿੱਚ ਇੱਕ ਛੋਟਾ ਜਿਹਾ ਫੋੜਾ ਸੀ, ਉਹ ਵੱਡਾ ਹੁੰਦਾ ਗਿਆ। ਪਰਮੇਸ਼ੁਰ ਦੀ ਖੇਡਾਂ, ਮਹਾਂਪੁਰਸ਼ ਇਹਨਾਂ ਖੇਡਾਂ ਨੂੰ ਸਭ ਜਾਣਦੇ ਹੁੰਦੇ ਹਨ, ਚੋਣ ਤਾਂ ਠੀਕ ਵੀ ਕਰ ਸਕਦੇ ਹਨ, ਪਰ ਮੌਜ ਹੈ ਉਹਨਾਂ ਦੀ। ਉਹ ਡਾਕਟਰਾਂ ਨੇ ਕਿ ਇਹਦਾ ਓਪਰੇਸ਼ਨ ਹੋਵੇਗਾ। ਉਸ ਵੇਲੇ ਇੱਕ ਸੀਸੀ ਦੇ ਵਿੱਚੋਂ ਕੁਛ ਸੰਘਾਉਂਦੇ ਹੁੰਦੇ ਸਨ, ਜ਼ਹਿਰੀਲੀ ਚੀਜ਼, ਜਿਹਦੇ ਨਾਲ ਬੰਦਾ ਬੇਹੋਸ਼ ਹੋ ਜਾਂਦਾ ਹੈ। ਉਹਨੂੰ ਫਿਰ ਪਤਾ ਨਹੀਂ, ਬੇਹੋਸ਼ ਹੋਏ ਬੰਦੇ ਨੂੰ ਕੋਈ ਪਤਾ ਨਹੀਂ ਨਾ, ਜੋ ਮਰਜ਼ੀ ਚੀਰ ਫੜ ਕਰੀ ਜਾ। ਉਹ ਜਦੋਂ ਲੱਗੇ ਉਹਨਾਂ ਨੂੰ ਬੇਹੋਸ਼ ਕਰਨ, ਉਹ ਕਹਿੰਦੇ ਭਾਈ ਕਾਹਦੇ ਵਾਸਤੇ ਕਰਦੇ ਜੇ, ਆਹ ਲਓ ਲੱਤ ਸਾਡੀ ਲੈ ਲਓ, ਤੁਸੀਂ ਕਰ ਲਓ ਜੋ ਕਰਨਾ ਹੈ। ਵੇਖੋ ਇਹ ਸੁਰਤੀ ਦੀਆਂ ਗੱਲਾਂ ਖੇਡਾਂ, ਇਹਦਾ ਮਤਲਬ ਹੈ ਤਾਂ ਸਭ ਕੁਛ ਸੱਚ ਹੈ ਨਾ, ਇਹ ਸੰਸਾਰ 'ਚ ਵਰਤਦਾ ਹੈ, ਆਪਾਂ ਨੂੰ ਨਹੀਂ ਪਤਾ। ਇਹ ਜਿਹੜੇ ਦੁੱਖ ਹਨ ਨਾ, ਇਹ ਸਾਡੇ ਮਨ ਦੀ ਕਸੀਮਤ ਹਨ। ਅਸਲ ਵਿੱਚ ਜਿੱਥੇ ਵਾਹਿਗੁਰੂ ਹੈ ਉੱਥੇ ਦੁੱਖ ਨਹੀਂ ਹੈ, ਉੱਥੇ ਸੁੱਖ ਹੀ ਸੁੱਖ ਹੈ। ਇਹ ਗਮੀ ਜਿਹੜੀ ਹੈ ਇਹ ਸਾਡੇ ਇੱਥੋਂ ਮਨ ਤੱਕ ਸੀਮਤ ਹੈ, ਇੱਥੋਂ ਸੰਸਾਰ ਤੱਕ ਸੀਮਤ ਹੈ। ਜਿੱਥੇ ਵਾਹਿਗੁਰੂ ਹੈ ਉੱਥੇ ਖੁਸ਼ੀ ਹੀ ਖੁਸ਼ੀ ਹੈ, ਹੈ ਸਾਰਿਆਂ ਦੇ ਅੰਦਰ ਹੈ, ਪਰ ਸਾਨੂੰ ਪਤਾ ਨਹੀਂ। ਇਸ ਕਰਕੇ ਸਾਡਾ ਧਿਆਨ ਉੱਧਰ ਨਹੀਂ ਜਾਂਦਾ ਹੈ। ਅਸੀਂ ਬਾਹਰੋਂ ਬੱਚਿਆਂ 'ਚੋਂ ਸੁੱਖ ਲੱਭਦੇ ਹਾਂ, ਪਤੀ ਪਤਨੀ 'ਚੋਂ ਲੱਭਦਾ ਹੈ, ਪਤਨੀ ਪਤੀ 'ਚੋਂ ਲੱਭਦੀ ਹੈ ਸੁੱਖ। ਦੇਖੋ ਆਪਾਂ ਇੱਦਾਂ ਹੀ ਲੱਭਦੇ ਹਾਂ, ਰਿਸ਼ਤੇਦਾਰਾਂ 'ਚੋਂ ਲੱਭਦੇ ਹਾਂ, ਉਹ ਸਾਡੇ 'ਚੋਂ ਲੱਭਦੇ ਹਨ, ਪਰ ਮਿਲਦਾ ਕਿਸੇ ਨੂੰ ਨਹੀਂ ਹੈ। ਗੁਰਸੇਵਾ 'ਤੇ ਜਾਣਿਆ ਸੱਚ ਪ੍ਰਗਟੀਏ ਸਾ। ਜਿਹੜੇ ਗੁਰੂ ਦੀ ਕਾਰੇ ਲੱਗ ਜਾਂਦੇ ਹਨ, ਵੇਖੋ ਗੁਰੂ ਦੀ ਸੇਵਾ ਵਿੱਚ ਲੱਗਣਾ ਜਿਹੜਾ ਹੈ, ਇਹ ਵੀ ਅਕਾਲ ਪੁਰਖ ਪਰਮੇਸ਼ੁਰ ਦੀ, ਗੁਰੂ ਦੀ ਬ੍ਰਹਿਮਤ ਹੈ। ਕੋਈ ਪੁਰਬਲਾ ਚੰਗਾ ਕਰਮ
ਇਸ ਜੀਵਨ ਦੇ ਕੋਈ ਮਹਾਤਮਾ ਪੁਰਸ਼ ਮਿਲਦਾ ਹੈ, ਕਿਸੇ ਦੀ ਪ੍ਰੇਰਨਾ ਦੇ ਨਾਲ ਅਸੀਂ, ਚਾਹੇ ਮਾਂ ਪਿਓ ਹੀ ਪ੍ਰੇਰਨਾ ਕਰਨ ਵਾਲੇ ਕਿਉਂ ਨਾ ਹੋਣ, ਮਾਂ ਪਿਓ ਦੀ ਪ੍ਰੇਰਨਾ ਨਾਲ ਵੀ ਹੋ ਜਾਂਦਾ ਹੈ, ਕੋਈ ਭਰਾ ਵੀ ਸਾਡਾ ਹੋ ਸਕਦਾ ਹੈ, ਰਿਸ਼ਤੇਦਾਰ ਵੀ ਹੋ ਸਕਦਾ, ਜਾਂ ਸਾਨੂੰ ਪ੍ਰੇਰੇ ਇਸ ਪਾਸੇ ਵੀ ਸੇਵਾ ਕਰਿਆ ਕਰ। ਸੇਵਾ ਕੀ ਹੈ? ਗੁਰੂ ਦਾ ਹੁਕਮ ਮੰਨਣਾ। ਸੇਵਾ ਦਾ ਮਤਲਬ ਕੇਵਲ ਝਾੜੂ ਫੇਰਨਾ ਨਹੀਂ ਹੈ, ਭਾਂਡੇ ਧੋਣੇ ਨਹੀਂ ਹੈ, ਇਹ ਵੀ ਸੇਵਾ ਹੈ, ਲੇਕਿਨ ਗੁਰੂ ਦੀ ਰਜ਼ਾ ਵਿੱਚ ਸਦਾ ਹੀ ਰਹਿਣਾ, ਜੋ ਮਹਾਰਾਜ ਕਹਿ ਰਹੇ ਉਸਨੂੰ ਸੱਤ ਕਰਕੇ ਮੰਨ ਲੈਣਾ, ਕੋਈ ਕਿੰਤੂ ਪਰੰਤੂ ਨਹੀਂ ਗੁਰੂ ਦੇ ਉੱਤੇ। ਇਹਨੂੰ ਸੇਵਾ ਕਹਿੰਦੇ ਹਨ, ਹਮੇਸ਼ਾ ਸਨਮੁਖ ਰਹਿਣਾ ਗੁਰੂ ਦੇ, ਹਾਜ਼ਰ। ਸੇਵਕ ਉਹ ਹੈ ਜਿਹੜਾ ਹਾਜ਼ਰ ਰਹੇ ਹਰ ਵੇਲੇ, ਜੇ ਆਵਾਜ਼ ਮਾਰਨੀ ਪਈ ਫਿਰ ਉਹ ਸੇਵਕ ਥੋੜ੍ਹਾ ਹੈ, ਉਹ ਤਾਂ ਨੌਕਰ ਹੈ। ਫਿਰ ਗੁਰੂ ਦਾ ਸੇਵਕ ਹਰ ਵੇਲੇ ਹਾਜ਼ਰ ਹੈ। ਵਾਹਿਗੁਰੂ, ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ, ਉਹਨਾਂ ਨੇ ਸੇਵਾ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਪਛਾਣ ਕੀਤੀ, ਉਹਨਾਂ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ, ਸਭ ਕੁਛ ਸੱਚੋ ਸੱਚ ਹੈ, ਗੁਰ ਸੋਜੀ ਪਾਏ, ਗੁਰੂ ਨੇ ਸੋਝੀ ਪਾ ਦਿੱਤੀ ਅਜਿਹੇ ਰੱਬ ਦੇ ਪਿਆਰਿਆਂ ਨੂੰ ਕਿ ਸਭ ਵਾਹਿਗੁਰੂ ਦੀ ਖੇਡ ਹੈ। ਪਿਆਰਿਓ, ਇਹ ਸਾਰਿਆਂ ਦੇ ਅੰਦਰ ਜੇ ਇਸ ਖੇਡ ਨੂੰ ਜਾਣੋ, ਗੁਰੂ ਨੇ ਸੋਝੀ ਦਿੱਤੀ ਹੈ ਨਾ, ਹੁਣ ਦੱਸ ਦਿੱਤਾ ਸਾਨੂੰ, ਹੁਣ ਕਰਨਾ ਤਾਂ ਆਪਾਂ ਹੈ ਨਾ। ਮਾਂ ਪਿਓ ਨੇ ਰੋਟੀ ਬਣਾ ਕੇ ਸਾਡੇ ਅੱਗੇ ਰੱਖ ਦਿੱਤੀ, ਖਾਵਾਂਗੇ ਤਾਂ ਆਪਣੇ ਹੱਥ ਨਾਲ ਹੀ ਨਾ। ਗੁਰੂ ਨੇ ਸੋਝੀ ਪਾ ਦਿੱਤੀ, ਹੁਣ ਮਿਹਨਤ ਤਾਂ ਆਪਾਂ ਕਰਨੀ ਹੈ। ਸੋ ਉਹ ਤਰੀਕਾ ਉਹੀ ਹੈ, ਗੁਰੂ ਦੀ ਬਾਣੀ ਨਾਲ ਜੁੜੇ ਰਹੋ। ਗੁਰੂ ਦੀ ਬਾਣੀ ਨਾਲ ਜੁੜੇ ਰਹਿਣ ਦਾ ਮਤਲਬ ਪਾਠ ਕਰਨਾ ਨਾ ਸਮਝ ਲੈਣਾ, ਆਪਾਂ ਇਹ ਸਮਝਿਆ ਹੋਇਆ ਕਿ ਪਾਠ ਕਰੀ ਜਾਓ ਵੱਧ ਤੋਂ ਵੱਧ। ਗੁਰੂ ਦੀ ਬਾਣੀ ਨੂੰ ਸਮਝੋ, ਇੱਕ ਲਾਈਨ ਨੂੰ ਸਮਝੋ ਕੀ ਉਪਦੇਸ਼ ਕੀ ਹੈ, ਫਿਰ ਵੇਖੋ ਕਿ ਮੈਂ ਇਹ ਕਰ ਰਿਹਾ ਹਾਂ ਕਿ ਨਹੀਂ ਕਰ ਰਿਹਾ। ਜਿਹੜੀ ਗੱਲ ਕਰ ਰਹੇ ਹੋ ਤਾਂ ਉਹ ਠੀਕ ਹੈ, ਜਿਹੜੀ ਮਹਾਰਾਜ ਗੱਲ ਕਹਿੰਦੇ ਆ ਕਰ, ਉਹ ਨਹੀਂ ਕਰਦੇ ਤਾਂ ਆਪਾਂ ਕਰਨੀ ਸ਼ੁਰੂ ਕਰ ਦਈਏ, ਫਿਰ ਗੁਰੂ ਦੀ ਰਹਿਮਤ ਹੁੰਦੀ ਹੈ। ਹੁਣ ਜਦੋਂ ਗੁਰੂ ਮਹਾਰਾਜ ਨੇ ਸਾਨੂੰ ਸਾਰਾ ਕੁਝ ਦੱਸ ਦਿੱਤਾ ਕਿ ਗੁਰਸਿੱਖੋ, ਸੁੱਖ ਤੁਹਾਡੇ ਅੰਦਰ, ਸੁੱਖਾਂ ਦਾ ਸੋਮਾ ਤੁਹਾਡੇ ਅੰਦਰ, ਕਿਉਂ ਭੜਕਦੇ ਫਿਰਦੇ ਜੇ, ਉੱਥੇ ਚਲੇ ਗਏ, ਉੱਥੇ ਚਲੇ ਗਏ, ਉੱਥੇ ਚਲੇ ਗਏ। ਗੁਰਬਾਣੀ ਦਾ ਜੋ ਉਪਦੇਸ਼ ਹੈ, ਚਾਨਣ ਹੈ ਸਾਡੇ ਵਾਸਤੇ, ਗਿਆਨ ਹੈ। ਇਸ ਚਾਨਣ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਮਹਾਰਾਜ ਨੇ ਕਿਹਾ ਨਾ, ਉਠਤ ਬੈਠਤ ਹਰ ਭਜੋ, ਹਰ ਵੇਲੇ ਨਾਮ ਜਪਣਾ, ਉਠਤ ਬੈਠਤ ਸੋਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ, ਹਰ ਵੇਲੇ ਉੱਠਦਿਆਂ ਬੈਠਦਿਆਂ ਸੱਤਿਆਂ ਨਾਮ ਵਿੱਚ ਚਿੱਤ ਲਾਉਣਾ, ਇਹ ਹੈ ਇਸ ਅਵਸਥਾ ਨੂੰ ਪ੍ਰਾਪਤ ਕਰਨ ਦਾ ਤਰੀਕਾ, ਜਿਹੜਾ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕੱਲ੍ਹ ਅਤੇ ਅੱਜ ਦੋ ਦਿਨਾਂ ਦੇ ਵਿੱਚ। ਜੇ ਤਾਂ ਆਪਾਂ ਇਹ 'ਤੇ ਅਮਲ ਕਰਾਂਗੇ ਫਿਰ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਣਾ ਇੱਕ ਕੰਨ ਰਸ ਹੈ ਕਥਾ ਦਾ, ਚਲੋ ਜੀ ਸੁਣ ਲਈ ਜੀ, ਬੜਾ ਆਨੰਦ ਆਇਆ ਜੀ, ਕਾਹਦਾ ਆਨੰਦ ਆਇਆ ਹੈ, ਜਦੋਂ ਕੋਈ ਗੱਲ ਹੀ ਨਹੀਂ ਮੰਨੀ ਕਾਹਦਾ ਆਨੰਦ ਹੈ, ਗੁਰੂ ਤਾਂ ਨਹੀਂ ਤੇਰੇ 'ਤੇ ਖੁਸ਼ ਹੋਇਆ? ਜੇ ਮੰਨ ਲੈਂਦਾ ਤਾਂ ਤੇਰਾ ਸੁਣਿਆ ਹੋਇਆ ਥਾਂ ਹੀ ਪੈ ਜਾਂਦਾ, ਇਹ ਗਾਵਿਆ ਸੁਣਿਆ ਤਿੰਨ ਘਰ ਥਾਂ ਪਾਏ, ਜਿਨ ਸਤਿਗੁਰੂ ਕੀ ਆਗਿਆ ਸਤ ਸਤਿਕਰਮਾਂ ਨੇ। ਜੇ ਨਹੀਂ ਮੰਨਾਂਗੇ ਤਾਂ ਫਿਰ ਨਹੀਂ, ਫਿਰ ਤਾਂ ਐਵੇਂ ਹੀ ਹੈ, ਰੋਣਾ ਹੀ ਹੈ ਸਾਡਾ। ਸਤਿਗੁਰੂ ਜੀ ਕਿਰਪਾ ਕਰਨ,
ਜੋ ਸੋਝੀ ਬਖਸ਼ਿਸ਼ ਕੀਤੀ ਹੈ। ਦਾਸ ਤਾਂ ਰੋਜ਼ ਹੀ ਬੇਨਤੀ ਕਰਦਾ ਹੈ ਕਿ ਲਾਹਾ ਲਓ ਨਾਮ ਜਪਣ ਦਾ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਲੱਗਿਆ ਕਰੋ, ਵੱਧ ਤੋਂ ਵੱਧ ਟਾਈਮ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਿਆ ਕਰੋ, ਜਿਵੇਂ ਆਪਾਂ ਇੱਥੇ ਕਰਦੇ ਹਨ ਸਾਸ ਗ੍ਰਾਸ। ਇਹਦੇ ਨਾਲ ਮਨ ਟਿਕ ਜਾਂਦਾ ਹੈ। ਉੱਦਾਂ ਤਾਂ ਤੁਸੀਂ ਜੇ ਮਰਜ਼ੀ ਕਰੀ ਜਾਓ, ਵਾਹਿਗੁਰੂ ਕਹਿਣਾ ਹੈ ਨਾ, ਜੇ ਮਰਜ਼ੀ ਕਰੀ ਜਾਓ, ਪਰ ਗੱਲ ਤਾਂ ਮਨ ਦੇ ਟਿਕਣ ਦੀ ਹੈ। ਮਨ ਦੇ ਪੁਰਨੇ ਸ਼ਾਂਤ ਹੋ ਜਾਣ ਸਾਡੇ ਅੰਦਰ, ਜੇ ਤਰ੍ਹਾਂ ਤਰ੍ਹਾਂ ਦੇ ਜਦੋਂ ਨਾਮ ਜਪਣ ਲੱਗਦੇ ਹਾਂ, ਬਾਣੀ ਪੜ੍ਹਨ ਉਦੋਂ ਆਉਂਦੇ ਨਹੀਂ ਜਿਹੜੇ, ਜੇ ਉਹ ਆਉਂਦੇ ਰਹੇ ਤਾਂ ਫਿਰ ਆਪਣਾ ਇਹ ਸਾਰਾ ਕੀਤਾ ਹੈ ਐਵੇਂ ਜਾਂਦਾ ਹੈ। ਉਨਾ ਸਮਾਂ ਸਾਡਾ ਪ੍ਰਵਾਨ ਹੁੰਦਾ ਹੈ ਗੁਰੂ ਦੇ ਦਰ ਦੇ ਉੱਤੇ, ਜਿੰਨਾ ਸਾਡਾ ਮਨ ਇਕਾਗਰ ਰਹਿੰਦਾ ਹੈ, ਸ਼ਬਦ ਜੁੜਿਆ ਰਹਿੰਦਾ ਹੈ। ਬਾਕੀ ਤਾਂ ਐਵੇਂ ਹੀ ਹੈ, ਉਹ ਨਹੀਂ ਲਿਖਿਆ ਜਾਂਦਾ ਵਾਹਿਗੁਰੂ ਦੇ ਦਰ ਦੇ ਉੱਤੇ। ਇਸ ਕਰਕੇ ਚਾਹੀਦਾ ਕੀ ਹੈ ਕਿ ਸਾਡਾ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਗੁਰੂ ਦੇ ਦਰ 'ਤੇ ਲਿਖਿਆ ਜਾਵੇ। ਇਹ ਜੋ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਉਹਦੇ ਦਰ ਦੇ ਉੱਤੇ ਲਿਖਿਆ ਜਾਵੇ। ਲਿਖਿਆ ਜਾਂਦਾ ਹੈ ਨਾ, ਜੋ ਕਰਦੇ ਹਾਂ ਲਿਖਿਆ ਜਾਂਦਾ ਹੈ। ਉਹਦੇ ਵਾਸਤੇ ਇਹੀ ਹੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਸਾਸ ਗ੍ਰਾਸ ਜਪੋਗੇ ਤਾਂ ਗੁਰੂ ਨੂੰ ਚੰਗੇ ਲੱਗਣ ਲੱਗ ਪੋਗੇ, ਤੁਹਾਡਾ ਮਨ ਇਕਾਗਰ ਹੋ ਜਾਏਗਾ ਨਾ। ਸਾਹ ਅੰਦਰ ਜਾਂਦਾ ਹੈ ਵਾਹ, ਬਾਹਰ ਆਉਂਦਾ ਹੈ ਗੁਰੂ। ਪਹਿਲਾਂ ਬੋਲਣਾ ਪਏਗਾ, ਮੁੜ ਕੇ ਨਹੀਂ ਲੋੜ ਪੈਂਦੀ ਬੋਲਣ ਦੀ, ਫਿਰ ਚੁੱਪ ਕਰਕੇ ਆਪਣਾ ਇਹਨੂੰ ਸੁਣੀ ਜਾਈਦਾ। ਉਹ ਅਵਸਥਾ ਅਗਲੀ ਹੈ, ਚੁੱਪ ਕਰਕੇ ਫਿਰ ਅੰਦਰ ਸੁਣਦਾ ਰਹਿੰਦਾ। ਪਹਿਲਾਂ ਇਹ ਲਗਾਤਾਰ ਮਤਲਬ ਘੱਟ ਤੋਂ ਘੱਟ 2-3 ਘੰਟੇ ਰੋਜ਼ ਦਾ ਅਭਿਆਸ ਹੋਣਾ ਚਾਹੀਦਾ ਸਾਡਾ। ਥੋੜ੍ਹੇ ਤੋਂ ਥੋੜ੍ਹਾ, ਇਹ ਥੋੜ੍ਹੇ ਤੋਂ ਥੋੜ੍ਹਾ ਹੈ, ਫਿਰ ਇਹ ਅੰਦਰ ਚੱਲ ਪੈਂਦਾ। ਬਸ ਅੰਦਰੋਂ ਸੁਣਨਾ ਹੈ ਨਾਮ ਨੂੰ, ਇੱਥੋਂ ਤੱਕ ਪਹੁੰਚਣਾ ਹੈ ਆਪਾਂ, ਅੰਦਰੋਂ ਨਾਮ ਸੁਣ ਲੱਗ ਪਵੇ, ਨਾਮ ਦੀ ਧੁਨੀ ਸਾਡੇ ਅੰਦਰ ਪ੍ਰਗਟ ਹੋ ਜਾਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਜੁੜੀਏ ਸਤਿਗੁਰੂ ਜੀ ਨੇ ਜੋ ਸਾਨੂੰ ਸੋਝੀ ਪਾਈ ਹੈ ਨਾ, ਉਹ ਆਪਾਂ ਉਹਦੇ 'ਤੇ ਪ੍ਰੈਕਟੀਕਲ ਕਰੀਏ। ਸਾਰੇ ਜਿਹੜੇ ਨਵੇਂ ਪੁਰਾਣੇ ਆਉਂਦੇ ਹਨ, ਉਹਨਾਂ ਨੂੰ ਤਾਂ ਪਤਾ ਹੈ ਸਾਰਿਆਂ ਨੂੰ, ਜਿਹੜੇ ਨਵੇਂ ਆਉਂਦੇ ਹਨ ਕਦੀ ਕਦਾਈ ਆਉਂਦੇ ਹਨ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਰਨਾ ਕਿਵੇਂ ਹੈ। ਸੋ ਅੰਦਰ ਨੂੰ ਸਵਾਸ ਜਦੋਂ ਜਾਵੇ, ਉਦੋਂ ਵਾਹ, ਬਾਹਰ ਨੂੰ ਆਪੇ ਬਾਹਰ ਨੂੰ ਆਉਂਦੇ ਗੁਰੂ ਕਹਿ ਦੇਣਾ। ਇਹ ਲਗਾਤਾਰ ਇੱਕ ਰਿਦਮ ਬਣਾਉਣਾ ਹੈ, ਜਿਵੇਂ ਗਾਈਦਾ ਹੈ ਨਾ ਕੋਈ ਰਿਦਮ ਦੇ ਵਿੱਚ, ਇੱਦਾਂ ਨਾ ਉੱਚੀ ਬੋਲੋ, ਬਹੁਤਾ ਉੱਚੀ ਬੋਲਣ ਦੀ ਲੋੜ ਨਹੀਂ, ਐਵੇਂ ਜ਼ੋਰ ਲਾਉਣ ਦੀ ਲੋੜ ਨਹੀਂ ਹੈ, ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ। ਬਸ ਇੰਨੀ ਕੁ ਆਵਾਜ਼ ਰੱਖੋ ਜਿੰਨਾ ਆਪਾਂ ਸਾਨੂੰ ਸਾਡੀ ਆਵਾਜ਼ ਸੁਣਦੀ ਹੋਈ, ਆਪਾਂ ਨੂੰ ਦੂਜਿਆਂ ਨੂੰ ਸੁਣਾਉਣ ਦੀ ਲੋੜ ਨਹੀਂ ਹੈ, ਦੂਜੇ ਆਪਣੀ ਆਪਣੀ ਆਵਾਜ਼ ਸੁਣਨਗੇ, ਫਿਰ ਰਸ ਪੈਦਾ ਹੋਏਗਾ। ਜਦੋਂ ਅਸੀਂ ਵੱਖਰਾ ਜਿਹਾ ਹੀ ਕਰਨਾ ਪੈਂਦੇ ਹਨ। ਹੁਣ ਵਾਹਿਗੁਰੂ ਜਦੋਂ ਕਹਿੰਦੇ ਹਨ ਵਾਹਿਗੁਰੂ, ਹੁਣ ਹਾਹੇ ਦੇ ਉੱਤੇ ਕਈ ਜ਼ਿਆਦਾ ਹੀ ਜ਼ੋਰ ਦਿੰਦੇ ਵਾਹੇ ਗੁਰੂ। ਇਹ ਸਿਹਾਰੀ ਇਹ ਜਿਹੜੀ ਹੈ ਲਾਂ ਨਹੀਂ ਹੈ, ਇਹ ਅੱਧੀ ਲਾਂ ਹੈ, ਇਸ ਕਰਕੇ ਇਹਨੂੰ ਵਾਹੇ ਇੱਦਾਂ ਨਹੀਂ ਕਹੀਦਾ, ਇਹਨੂੰ ਵਾਹ। ਅੱਧੀ ਲਾਂ ਦੀ ਮਾਤਰਾ ਜਿਹੜੇ ਪੰਜਾਬੀ ਪੜ੍ਹੇ ਹਨ ਉਹਨਾਂ ਨੂੰ ਪਤਾ, ਅੱਧੀ ਲਾਂ ਦੀ ਮਾਤਰਾ ਕਿਵੇਂ ਬੋਲੀ ਦੀ ਹੈ, ਦਲਾਵਾਂ ਦੀ ਕਿਵੇਂ ਮਾਤਰਾ ਬੋਲੀ ਦੀ ਹੈ, ਇਹ ਇਸ ਹਿਸਾਬ ਨਾਲ ਇਹਦਾ ਉਚਾਰਨ ਕਰੀਦਾ। ਤਾਂ
ਰਿਧਮ ਤਾਂ ਬਣੇਗਾ, ਨਹੀਂ ਤਾਂ ਸਾਰਿਆਂ ਦਾ ਵੱਖੋ ਵੱਖਰਾ ਉਚਾਰਨ ਹੋ ਜਾਏਗਾ। ਵਾਹਿਗੁਰੂ 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 ਵਾਹਿ
ਗੁਰੂ, ਵਾਹਿਗੁਰੂ, 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 ਵਾਹਿ ਇਹ ਜਿੰਨਾ ਚਿਰ ਆਪਾਂ ਇਹ ਉਚਾਰਨ ਕਰਨਾ ਹੈ ਨਾ ਜਾਪ ਵਾਹਿਗੁਰੂ ਗੁਰਮੰਤਰ ਦਾ, ਉਨਾ ਚਿਰ ਆਪਣੇ ਧਿਆਨ ਨੂੰ, ਸੁਰਤ ਨੂੰ ਆਪਣੀ ਨੂੰ ਕੰਨਾਂ ਦੇ ਲਾਗੇ ਟਿਕਾਉਣਾ ਹੈ। ਕੰਨਾਂ ਨਾਲ ਤਾਂ ਹੀ ਸੁਣੇਗਾ ਨਾ ਜੇ ਕੰਨਾਂ ਦੇ ਕੋਲ ਸੁਰਤੀ ਹੋਏਗੀ ਤਾਂ। ਇੰਨਾ ਹੀ ਕੰਨਾਂ ਦੇ ਨਾਲ ਸੁਣਨਾ ਹੈ ਆਪਣੇ ਕਿਤੇ ਜਾਪ ਨੂੰ। ਫਿਰ ਜਦੋਂ 15-20 ਮਿੰਟ ਹੋ ਜਾਣ ਜਾਪ ਕਰਦੇ ਕਹਿੰਦਾ, ਫਿਰ ਚੁੱਪ ਕਰ ਜਾਓ, ਫਿਰ ਆਪਣੀ ਸੁਰਤ ਨੂੰ ਮੱਥੇ ਦੇ ਉੱਤੇ ਲਿਆਓ ਥੋੜ੍ਹਾ ਸਮਾਂ, ਫਿਰ ਨਾ ਬੋਲੋ, ਇੱਥੇ ਟਿਕਾ ਕੇ ਥੋੜ੍ਹਾ ਸਮਾਂ ਇੱਥੇ ਹੀ ਬੈਠੇ ਰਿਹਾ ਕਰੋ, ਥੋੜ੍ਹਾ ਜਿਹਾ ਸੁਰਤ ਨੂੰ, ਸੁਰਤੀ ਆ ਨਾ ਦੇਖੋ ਆਪਾਂ ਭਾਵੇਂ ਇਹਨੂੰ ਘੁਮਾ ਕੇ ਪੈਰਾਂ ਕੋਲ ਲੈ ਜਾਓ, ਲੱਤਾਂ 'ਚ ਲੈ ਜਾਓ, ਪੇਟ 'ਚ ਲੈ, ਜਿੱਥੇ ਮਰਜ਼ੀ ਸਿਰ 'ਤੇ ਲੈ ਜਾਓ, ਹੱਥਾਂ 'ਚ ਲੈ ਜਾਓ, ਸੁਰਤ ਜਿੱਥੇ ਮਰਜ਼ੀ ਲਿਜਾ ਸਕਦੇ ਹਾਂ ਆਪਾਂ, ਜਿਹੜੀ ਜਦੋਂ ਆਪਣੇ ਕੰਟਰੋਲ 'ਚ ਹੋਵੇ, ਜਾਂ ਮਨ ਕਹਿ ਲਓ ਇਹਨੂੰ, ਕੁਛ ਵੀ ਕਹਿ ਲਓ, ਇਹਨੂੰ ਇੱਥੇ ਟਿਕਾਉਣਾ ਹੈ ਕੰਨਾਂ ਦੇ ਕੋਲ। ਜੋ ਜਾਪ ਕਰਨਾ ਹੈ, ਜਿੰਨਾ ਚਿਰ ਜਾਪ ਕਰਨਾ ਹੈ, ਜੋ ਬਾਣੀ ਪੜ੍ਹਦੇ ਹਾਂ ਉਦੋਂ ਵੀ ਆਪਾਂ ਇੱਥੇ ਟਿਕਾਉਣੀ ਹੈ ਸੁਰਤੀ ਆਪਣੀ, ਫਿਰ ਆਪਾਂ ਨੂੰ ਇੱਥੇ ਜਿਹੜੀ ਬਾਣੀ ਪੜ੍ਹਦੇ ਸਾਡੇ ਅੰਦਰ ਤੁਰੀ ਜਾਏਗੀ, ਨਹੀਂ ਤਾਂ ਬਾਹਰ ਦੀ ਬਾਹਰ ਹੀ ਰਹਿ ਜਾਂਦੀ ਹੈ। ਜਦੋਂ ਆਪਣੇ ਕੰਨ ਸੁਣਗੇ ਉਹ ਬਾਣੀ ਸਾਡੇ ਅੰਦਰ ਜਾਏਗੀ, ਫਿਰ ਕੁਛ ਸਮਾਂ ਇੱਦਾਂ ਇਕਾਗਰ ਚਿੱਤ ਹੋ ਕੇ ਫਿਰ ਇੱਕ ਥਾਂ ਟਿਕਾਉਣਾ ਹੈ ਆਪਣੇ ਮਨ ਨੂੰ ਸਾਹਮਣੇ ਮਸਤਕ ਦੇ ਉੱਤੇ। ਇੱਥੇ ਖਾਲੀ ਹੈ ਸਾਰਾ ਕੁਛ, ਅੱਖਾਂ ਤੋਂ ਉੱਤੇ ਨਾ ਜਿਹੜਾ ਖਾਲੀ ਪੜਾਅ ਹੈ, ਪਹਿਲਾਂ ਤੁਸੀਂ ਉੱਥੇ ਜਾਓਗੇ ਤੁਹਾਨੂੰ ਹਨੇਰਾ ਹਨੇਰਾ ਲੱਗਣਾ, ਜਿਵੇਂ ਜਿਵੇਂ ਅਭਿਆਸ ਕਰੀ ਜਾਓਗੇ ਟਿੱਕੇ ਮਨ ਟਿਕਦਾ ਜਾਏਗਾ, ਇੱਥੇ ਹੀ ਪ੍ਰਕਾਸ਼ ਹੋਈ ਜਾਏਗਾ ਤੁਹਾਡੇ ਅੰਦਰ, ਇੱਥੇ ਹੀ ਪ੍ਰਕਾਸ਼ ਹੋਈ ਜਾਏਗਾ, ਇਹ ਆਪਣੇ ਆਪ ਹੀ ਵਧੀ ਜਾਂਦਾ। ਇੱਥੇ ਇੱਥੇ ਫਿਰ ਜਾ ਕੇ ਫਿਰ ਪੂਰਾ ਆਨੰਦ ਆਉਣਾ ਪੈਂਦਾ ਹੈ, ਰਸ ਆਉਣਾ ਪੈਂਦਾ ਹੈ, ਜੋ ਟਿਕ ਜਾਂਦਾ ਹੈ ਨਾ। ਬੜੀਆਂ ਲੰਮੀਆਂ ਲੰਮੀਆਂ ਸਮਾਧੀਆਂ ਰੱਬ ਦੇ ਪਿਆਰੇ ਲਾ ਲੈਂਦੇ ਹਨ ਇੱਥੇ ਮਨ ਨੂੰ ਟਿਕਾ ਕੇ। ਫਿਰ ਇਹ ਅਗਲੀ ਅਵਸਥਾ ਹੈ ਇਸ ਤੋਂ, ਇਹ ਨਹੀਂ ਕਿ ਸਾਰੀ ਉਮਰ ਆਪਾਂ ਜਿਵੇਂ ਬੱਚਾ ਸਾਰੀ ਉਮਰ ਉੜਾ ਉੜਾ ਹੀ ਪੜੀ ਜਾਵੇ, ਇੱਦਾਂ ਨਹੀਂ ਹੁੰਦਾ। ਹਰ ਅਗਲੀ ਅਵਸਥਾ ਅਨੁਸਾਰ ਚੱਲਣਾ ਆਪਾਂ। ਕਾਫੀ ਦਿਨ ਹੋ ਗਏ ਆਪਾਂ ਨੂੰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਿਆਂ, ਹੁਣ ਦਾਸ ਨੇ ਅੱਜ ਤੁਹਾਨੂੰ ਜਿਹੜੀ ਅਗਲੀ ਅਵਸਥਾ ਦੱਸੀ ਹੈ ਕਿ ਇਸ ਤੋਂ ਅੱਗੇ ਆਪਾਂ ਇਹ ਕਰਨਾ ਹੈ, ਫਿਰ ਜਾਪ ਕਰਨਾ ਹੈ। ਅੱਧਾ ਘੰਟਾ ਕਰ ਲਓ, 20 ਮਿੰਟ ਕਰ ਲਓ, ਘੱਟ ਤੋਂ ਘੱਟ 15 ਮਿੰਟ ਜ਼ਰੂਰ ਕਰੋ। ਫਿਰ ਇੱਥੇ ਮਨ ਟਿਕਾਈ ਛੱਡੋ, ਟਿਕਾਈ ਛੱਡੋ, ਫੁਰਨਾ ਨਾ ਕੋਈ ਆਉਣ ਦਿਓ। ਜਦੋਂ ਕੋਈ ਫੁਰਨਾ ਆਉਣ ਲੱਗੇ ਅੱਖਾਂ ਖੋਲ੍ਹ ਲਓ, ਨਹੀਂ ਤਾਂ ਫਿਰ ਅੱਖਾਂ ਬੰਦ ਕਰ ਲਓ।
ਕੋਈ ਮਨ ਦੇ ਵਿੱਚ ਕੋਈ ਖਿਆਲ ਨਹੀਂ ਲਿਆਉਣਾ ਕਿ ਫਲਾਨਾ ਸੰਤ ਮੇਰੇ ਸਾਹਮਣੇ ਆ ਜਾਵੇ, ਗੁਰੂ ਸਾਹਿਬ ਜੀ ਮੇਰੇ ਸਾਹਮਣੇ ਆ ਜਾਣ, ਪ੍ਰਤੱਖ ਦਰਸ਼ਨ ਦੇਣ, ਇਹ ਗੱਲਾਂ ਨਹੀਂ ਲਿਆਉਣੀਆਂ ਮਨ ਦੇ ਵਿੱਚ। ਕੇਵਲ ਖਾਲੀ ਸੁਰਤ ਨੂੰ ਖਾਲੀ ਰੱਖਣਾ ਹੈ, ਬਸ ਇਹਦੇ ਵਿੱਚ ਹੀ ਵਾਹਿਗੁਰੂ ਹਨ। ਉਹਦਾ ਰੂਪ ਰੰਗ ਰੇਖ ਨਹੀਂ ਹੈ ਵਾਹਿਗੁਰੂ ਦਾ, ਚੱਕਰ ਚੇਨ ਵਰਨ ਜਾਤ ਨਹੀਂ ਹੈ। ਐਵੇਂ ਨਹੀਂ ਮਨ ਦੇ ਵਿੱਚ ਕੋਈ ਸੋਚ ਕਿ ਉਹੀ ਫਿਰ ਐਵੇਂ ਆਖੋਗੇ ਮੈਨੂੰ ਤਾਂ ਜੀ ਗੁਰੂ ਦੇ ਦਰਸ਼ਨ ਹੋ ਗਏ, ਮੈਨੂੰ ਤਾਂ ਸੰਤਾਂ ਦੇ ਦਰਸ਼ਨ ਹੋ ਗਏ, ਇੱਦਾਂ ਨਹੀਂ ਸੋਚਣਾ ਹੀ ਨਹੀਂ ਇਹ ਗੱਲ। ਆਪਾਂ ਨਿਰੰਕਾਰ ਦੇ ਪੁਜਾਰੀ ਹਾਂ, ਨਿਰਅਕਾਰ ਹੈ ਜਿਹੜਾ, ਉਹ ਜੋਤ ਰੂਪ ਹੈ, ਵਾਹ ਪ੍ਰਕਾਸ਼ ਆਇਆ। ਇੱਥੇ ਪਹੁੰਚਣਾ ਹੈ ਆਪਾਂ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਉੱਤੇ, ਸਾਰਿਆਂ ਦੇ ਉੱਤੇ, ਦਾਸ 'ਤੇ ਵੀ ਕਿਰਪਾ ਤੁਸੀਂ ਕਰਨੀ, ਜਿੰਨਾ ਅੰਤਰਮੁਖੀ ਸਤਿਗੁਰੂ ਜੀ ਸਾਨੂੰ ਕਰ ਦੇਣਗੇ ਉਨੇ ਸੌਖੇ ਹੋ ਜਾਵਾਂਗੇ ਆਪਾਂ। ਅਤੇ ਅੰਤਰਮੁਖੀ ਦਾ ਮਤਲਬ ਇਹ ਨਹੀਂ ਕਿ ਆਪਾਂ ਬਾਹਰ ਸਾਰਾ ਕੰਮ ਕਾਰ ਛੱਡ ਕੇ ਬਹਿ ਜਾਈਏ, ਆਪਣੀਆਂ ਅੱਖਾਂ ਨੀਵੀਆਂ ਰੱਖਿਆ ਕਰੋ, ਖੋਲ੍ਹ ਕੇ ਰੱਖੋ ਭਾਵੇਂ, ਪਰ ਨੀਵੀਆਂ ਰੱਖੋ। ਇਹ ਬਾਹਰ ਵੀ ਜਾਂਦੇ ਹਾਂ ਤਾਂ ਉਨੀਆਂ ਕੁ ਉੱਚੀਆਂ ਅੱਖਾਂ ਕਰੋ ਜਿੰਨੀਆਂ ਕੁ ਸਾਨੂੰ ਸਾਹਮਣੇ ਦਿਸਦਾ ਰਹੇ। ਇਹਦਾ ਬੜਾ ਫਾਇਦਾ ਹੁੰਦਾ, ਜਿੰਨਾ ਆਪਣਾ ਅੱਖਾਂ 'ਤੇ ਕੰਟਰੋਲ ਹੋਵੇਗਾ ਨਾ ਉਨੀ ਸੁਰਤੀ ਅੰਤਰਮੁਖੀ ਹੋਏਗੀ, ਨਹੀਂ ਤਾਂ ਬਾਹਰਮੁਖੀ ਭੱਜੇਗਾ ਸਾਰਾ ਕੁਝ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।